ਅਕਾਲੀ ਦਲ ਦੇ ਵੱਡੇ ਲੀਡਰ ਨੇ ਰਾਜਾ ਵੜਿੰਗ ਤੋਂ ਮੰਗੀ ਮੁਆਫੀ। ਆਖਰ ਕਿਉਂ ਭਰੀ ਅਦਾਲਤ ਦੇ ਵਿੱਚ ਝੁਕਾਉਣਾ ਪਿਆ ਸਿਰ? ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਉੱਪਰ ਆਰੋਪ ਲਗਾਉਣ ਵਾਲੇ ਅਕਾਲੀ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਭਰੀ ਅਦਾਲਤ ਦੇ ਵਿੱਚ ਰਾਜਾ ਵੜਿੰਗ ਤੋਂ ਮੁਆਫੀ ਮੰਗੀ ਹੈ। ਅੱਜ ਅਦਾਲਤ ਦੇ ਵਿੱਚ ਪਹੁੰਚੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਉਹਨਾਂ ਦੇ ਕੋਲੋਂ ਭਰੀ ਅਦਾਲਤ ਦੇ ਵਿੱਚ ਮੁਆਫੀ ਮੰਗੀ ਹੈ। ਇਸ ਦੇ ਨਾਲ ਇਹ ਵੀ ਬਿਆਨ ਦਿੱਤਾ ਹੈ ਕਿ ਅੱਗੇ ਤੋਂ ਭਵਿੱਖ ਵਿੱਚ ਇਸ ਗੱਲ ਦਾ ਧਿਆਨ ਰੱਖਿਆ ਜਾਵੇਗਾ ਕਿ ਇਸ ਤਰੀਕੇ ਦੇ ਆਰੋਪ ਉਹਨਾਂ 'ਤੇ ਨਾ ਲੱਗਣ। ਦਰਅਸਲ ਅਕਾਲੀ ਦਲ ਦੇ ਨੇਤਾ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਵੱਲੋਂ ਪੰਜਾਬ ਪ੍ਰਦੇਸ਼ ਦੇ ਕਾਂਗਰਸ ਪ੍ਰਧਾਨ ਅਤੇ ਗਿੱਦੜਬਾਹਾ ਤੋਂ ਵਿਧਾਇਕ ਰਾਜਾ ਵੜਿੰਗ 'ਤੇ ਕਰੋੜਾਂ ਰੁਪਏ ਦਾ ਮਿੱਟੀ ਦਾ ਤੇਲ ਵੇਚਣ ਦੇ ਆਰੋਪ ਲਗਾਏ ਗਏ ਸੀ। ਨਾਲ ਦੀ ਨਾਲ ਉਹਨਾਂ ਨੇ ਸ਼ੈਲਰਾਂ ਦੇ ਵਿੱਚ ਘੁਟਾਲਾ ਕਰਨ ਦਾ ਵੀ ਅਤੇ ਕਿਸਾਨਾਂ ਦੀ ਲੁੱਟ ਕਰਨ ਦਾ ਆਰੋਪ ਲਗਾਇਆ ਸੀ, ਜਿਸ ਤੋਂ ਬਾਅਦ ਰਾਜਾ ਵੜਿੰਗ ਦੇ ਵੱਲੋਂ ਅਦਾਲਤ ਦੇ ਵਿੱਚ ਮਾਨਹਾਨੀ ਦਾ ਕੇਸ ਦਰਜ ਕੀਤਾ ਗਿਆ ਅਤੇ ਅੱਜ ਦੋਵੇਂ ਕੇਸਾਂ ਦੇ ਵਿੱਚ ਹਰਦੀਪ ਸਿੰਘ ਢਿੱਲੋਂ ਯਾਨੀ ਕਿ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਬਿਨਾਂ ਸ਼ਰਤ ਮੁਆਫੀ ਮੰਗ ਲਈ ਹੈ, ਜਿਸ 'ਤੇ ਰਾਜਾ ਵੜਿੰਗ ਨੇ ਦੋਵੇਂ ਕੇਸ ਵਾਪਸ ਵੀ ਲੈ ਲਏ। ਇਸ ਸੰਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਵੜਿੰਗ ਨੇ ਕਿਹਾ ਹੈ ਕਿ ਰਾਜਨੀਤੀ ਵਿੱਚ ਰੋਜ਼ਾਨਾ ਕੋਈ ਨਾ ਕੋਈ ਕਿਸੇ ਦੇ ਉੱਪਰ ਬਿਆਨ ਦੇ ਦਿੰਦਾ ਹੈ, ਸਾਨੂੰ ਇਸ 'ਤੇ ਗੁਰੇਜ਼ ਕਰਨਾ ਚਾਹੀਦਾ ਹੈ। ਅਸੀਂ ਸਿਆਸੀ ਵਿਰੋਧੀ ਹਾਂ, ਸਾਡੇ ਵਿਚਾਰਾਂ ਦੇ ਮਤਭੇਦ ਹਨ, ਪਰ ਸਾਡੀ ਕੋਈ ਦੁਸ਼ਮਣੀ ਨਹੀਂ ਹੈ। ਪਰ ਫਿਰ ਵੀ ਵੱਡੀ ਗੱਲ ਹੈ, ਅਕਾਲੀ ਦਲ ਦਾ ਵੱਡਾ ਨੇਤਾ, ਵੱਡਾ ਨਾਮ ਹੈ ਅਕਾਲੀ ਦਲ ਦਾ, ਹਰਦੀਪ ਸਿੰਘ ਡਿੰਪੀ ਢਿੱਲੋਂ, ਇਹਨਾਂ ਦੇ ਵੱਲੋਂ ਝੂਠੇ ਆਰੋਪ ਲਗਾਏ ਗਏ ਸੀ ਰਾਜਾ ਵੜਿੰਗ 'ਤੇ, ਅਤੇ ਹੁਣ ਭਰੀ ਅਦਾਲਤ ਦੇ ਵਿੱਚ ਇਹਨਾਂ ਨੂੰ ਰਾਜਾ ਵੜਿੰਗ ਤੋਂ ਮੁਆਫੀ ਮੰਗਣੀ ਪਈ ਹੈ। ਦੇਖੋ ਜੀ, ਉਹ ਦੋ ਮਾਨਹਾਨੀ ਦੇ ਕੇਸ ਕੀਤੇ ਸਨ ਸਰਦਾਰ ਹਰਦੀਪ ਸਿੰਘ ਢਿੱਲੋਂ ਸਾਹਿਬ ਹੋਰਾਂ 'ਤੇ। ਇੱਕ ਤਾਂ ਉਹਨਾਂ ਨੇ ਇਲਜ਼ਾਮ ਲਾਇਆ ਸੀ ਕਿ ਅਸੀਂ ਮਿੱਟੀ ਦਾ ਤੇਲ ਜਿਹੜਾ ਕੋਈ ਵੇਚਿਆ ਸੀਗਾ, ਜਿਹੜਾ ਕਿ ਸਾਧ ਸੰਗਤ ਵਾਸਤੇ ਆਇਆ ਸੀ ਕਰੋੜਾਂ ਰੁਪਏ ਦਾ। ਦੂਸਰਾ ਉਹਨਾਂ ਨੇ ਕਿਹਾ ਸੀ ਕਿ ਸ਼ੈਲਰਾਂ ਦੇ ਵਿੱਚ ਬਹੁਤ ਵੱਡਾ ਘਪਲਾ ਅਤੇ ਲਿੰਕੇਜ ਇਹਰਾ ਅਤੇ ਰਸਾਲੇ ਦਾ, ਇਹਨਾਂ ਨੇ ਕਿਸਾਨਾਂ ਦੀ ਲੁੱਟ ਕੀਤੀ ਹੈ। ਉਹ ਮਾਮਲੇ ਚੱਲ ਰਹੇ ਸਨ ਅਤੇ ਗਵਾਹੀ 'ਤੇ ਉਹ ਆ ਗਏ ਸਨ। ਉਹਨਾਂ ਦੀ ਗਵਾਹੀ ਵਾਸਤੇ ਮੈਂ ਪਿਛਲੀ ਤਰੀਕ 'ਤੇ ਜੱਜ ਸਾਹਿਬ ਦੇ ਪੇਸ਼ ਹੋਇਆ ਸੀ ਅਤੇ ਜੱਜ ਸਾਹਿਬ ਨੇ ਸਲਾਹ ਦਿੱਤੀ ਕਿ ਤੁਹਾਡਾ ਆਪਸ ਵਿੱਚ ਰਾਜ਼ੀਨਾਮਾ ਨਹੀਂ ਹੋ ਸਕਦਾ। ਤਾਂ ਮੈਂ ਕਿਹਾ ਜੀ, ਕੋਈ ਰਾਜ਼ੀਨਾਮੇ ਨੂੰ ਕੋਈ ਗੋਲੀ ਤਾਂ ਸਾਡੀ ਚੱਲੀ ਨਹੀਂ ਗੀ। ਉਹਨਾਂ ਨੇ ਕਿਹਾ ਵੀ ਭਾਈ, ਤੁਸੀਂ ਜੇ ਇਹਦੇ 'ਤੇ ਇਸ ਗੱਲ 'ਤੇ ਪਛਤਾਪ ਜਾਂ ਤੁਸੀਂ ਇਹਦੇ 'ਤੇ ਅਪੋਲੋਜਾਈਜ਼ ਕਰਨਾ ਚਾਹੁੰਦੇ ਹੋ, ਯਾਨੀ ਕਿ ਮਾਫ਼ੀ, ਤਾਂ ਤੁਸੀਂ ਦੱਸੋ। ਫਿਰ ਉਹਨਾਂ ਨੇ 6 ਤਰੀਕ ਅੱਜ ਦੀ ਪਾਈ ਅਤੇ ਅੱਜ ਦੋਨਾਂ ਵਕੀਲ ਸਾਹਿਬਾਂ ਨੇ ਜੱਜ ਦੇ ਸਾਹਮਣੇ, ਅਸੀਂ ਦੋਨੋਂ ਪਾਰਟੀਆਂ ਪੇਸ਼ ਹੋਈਆਂ ਸਨ, ਅਤੇ ਉਹਨਾਂ ਨੇ ਕਿਹਾ ਕਿ ਅਨਕੰਡੀਸ਼ਨਲੀ ਮੈਂ ਇਸ 'ਤੇ ਅਪੋਲੋਜਾਈਜ਼ ਕਰਦਾ ਅਤੇ ਗਾਂਹ ਤੋਂ ਇਨ ਫਿਊਚਰ ਅਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਾਂਗੇ। ਸੋ ਮੈਂ ਸਮਝਦਾ ਕਿ ਇੱਕ ਚੰਗੀ ਗੱਲ ਹੈ ਜੀ, ਰਾਜਨੀਤੀ ਦੇ ਵਿੱਚ ਰੋਜ਼ਾਨਾ ਕਿਸੇ 'ਤੇ ਕਟਾਸ ਸਿੱਟਣੀ ਬੇਮਤਲਬ ਦੀ, ਅਸੀਂ ਆਪਸ ਵਿੱਚ ਇੱਕ ਦੂਜੇ ਨੂੰ ਨੰਗਾ ਕਰ ਰਹੇ ਹਾਂ। ਰੋਜ਼ਾਨਾ ਅੱਜ ਕੱਲ੍ਹ ਰਾਜਨੀਤੀ ਦਾ ਇਹੀ ਕੰਮ ਹੋ ਗਿਆ, ਮੰਚ 'ਤੇ ਚੜ੍ਹ ਕੇ ਕੋਈ ਵੀ ਵਿਅਕਤੀ ਕਿਸੇ ਦੇ ਖਿਲਾਫ਼ ਕੁਝ ਵੀ ਬੋਲ ਦਿੰਦਾ ਹੈ। ਪਰ ਮੈਨੂੰ ਲੱਗਦਾ ਕਿ ਸਾਨੂੰ ਹਰ ਵਿਅਕਤੀ ਨੂੰ, ਮੈਂ ਆਪਣੇ 'ਤੇ ਵੀ ਉਹ ਲੈਂਦਾ ਕਿ ਜਦੋਂ ਅਸੀਂ ਮੰਚ 'ਤੇ ਚੜ੍ਹਦੇ ਹਾਂ, ਸਾਨੂੰ ਸੋਚ ਵਿਚਾਰ ਕੇ ਅਤੇ ਬਿਲਕੁਲ ਤੁਲੇ ਸ਼ਬਦਾਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਔਰ ਕੋਈ ਦੁਸ਼ਮਣੀਆਂ ਤਾਂ ਹੈ ਨਹੀਂ, ਅਸੀਂ ਲੋਕਾਂ ਨੇ ਸਭ ਨੇ ਇੱਥੇ ਰਾਜਨੀਤੀ ਕਰਨ ਵਾਸਤੇ ਆਏ ਹਾਂ, ਮੁੱਦਿਆਂ ਦੇ ਮਤਭੇਦ ਹੈ, ਵਿਚਾਰਾਂ ਦੇ ਮਤਭੇਦ ਨੇ। ਸੋ ਸਾਨੂੰ ਉਹਨਾਂ ਦੇ 'ਤੇ ਹੀ ਗੱਲ ਕਰਨੀ ਚਾਹੀਦੀ ਹੈ, ਨਾ ਕਿ
ਐਵੇਂ ਅਜ਼ੂਲ ਵਜ਼ੂਲ ਕਿਸੇ ਨੂੰ ਨੀਚਾ ਵਿਖਾ ਕੇ, ਕਿਉਂਕਿ ਨੀਚਾ ਵਿਖਾਉਣ ਵਾਲਾ ਕੋਈ ਵੱਡਾ ਨਹੀਂ ਹੁੰਦਾ। ਸੋ ਮੈਂ ਤਾਂ ਆਪਦੀ ਰਾਜਨੀਤਿਕ ਜੀਵਨ ਦੇ ਵਿੱਚ ਬਹੁਤ ਤਬਦੀਲੀ ਲਈ ਹੈ। ਕਈ ਵਾਰੀ ਅਗਰੈਸਿਵ ਹੋ ਜਾਈਦਾ ਸੀ, ਕਿਉਂਕਿ ਬਹੁਤ ਸਾਰੇ ਲੋਕ ਐਸੀ ਗੱਲ ਕਹਿ ਦਿੰਦੇ ਆ, ਤੁਹਾਨੂੰ ਕਦੇ ਗੁੱਸਾ ਆ ਜਾਂਦਾ। ਸੋ ਆਪਦੇ ਸੁਭਾਅ ਦੇ ਵਿੱਚ ਬੜੀ ਕੋਸ਼ਿਸ਼ ਕਰਦੇ ਹਾਂ ਰੋਜ਼ਾਨਾ ਤਬਦੀਲੀ ਲਿਆਉਣ ਦੀ, ਕਿ ਕਿਸੇ ਨੂੰ ਵੀ ਐਸੇ ਸ਼ਬਦ ਨਾ ਕਹੇ ਜਾਣ ਜਿਹਦੇ ਨਾਲ ਉਹਨੂੰ ਰਾਤ ਨੂੰ ਉਰੇ ਉਹਨੂੰ ਦਰਦ ਹੋਵੇ ਜਾਂ ਉਹਨੂੰ ਮਾਨਸਿਕ ਪਰੇਸ਼ਾਨੀ ਹੋਵੇ। ਇੰਨਾ ਕੁ ਸਾਨੂੰ ਗਰੀਮਾ 'ਚ ਰਹਿਣਾ ਚਾਹੀਦਾ ਅਤੇ ਤਹਿਲੀਮ ਅਤੇ ਤਹਿਜ਼ੀਬ ਦਾ ਧਿਆਨ ਰੱਖਣਾ ਚਾਹੀਦਾ, ਕਿਉਂਕਿ ਜਿਹਨੂੰ ਜਿਵੇਂ ਜਿਵੇਂ ਤੁਸੀਂ ਉਮਰ 'ਚ ਵੱਡੇ ਹੁੰਦੇ ਹੋ, ਤੁਸੀਂ ਤੁਹਾਡੀ ਬਾਲ ਬੱਚਿਆਂ ਵਾਲੇ ਹੋ ਜਾਂਦੇ ਹੋ, ਜਵਾਕਾਂ ਜੱਲਿਆਂ ਵਾਲੇ ਹੋ ਜਾਂਦੇ ਹੋ, ਫਿਰ ਤਾਂ ਤਲੀਮ ਅਤੇ ਤਹਿਜ਼ੀਬ ਜੇ ਫਿਰ ਵੀ ਨਹੀਂ ਆਉਣੀ ਤਾਂ ਫਿਰ ਮੈਨੂੰ ਲੱਗਦਾ ਕਦੇ। ਸੋ ਸਭ ਕੁਛ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਠੀਕ ਹੋ ਗਿਆ। ਬੜੇ ਸਾਹਿਬ, ਇਹ ਚੋਣਾਂ ਵੇਲੇ ਹੀ ਕਿਤੇ ਹੋਇਆ ਜਾਂ ਕੋਈ ਉਸ ਤੋਂ ਪਹਿਲਾਂ ਦੀਆਂ ਗੱਲਾਂ ਹੈਗੀਆਂ ਜਾਂ ਕਿਵੇਂ? ਜੀ ਅਕਸਰ ਹੀ, ਹੁਣ ਤਾਂ ਰਾਜਨੀਤਿਕ 'ਚ ਹਰ ਬੰਦਾ ਕਿਸੇ ਕੋਲ ਕੋਈ ਗੱਲ ਹੈ ਜਾਂ ਨਹੀਂ ਹੈ, ਕਿਸੇ ਨੂੰ ਕਿਸੇ ਦੀ ਜਾਣਕਾਰੀ ਹੈ ਜਾਂ ਨਹੀਂ ਹੈ, ਮੈਂ ਇਹ ਗੱਲ ਨਹੀਂ ਕਰ ਰਿਹਾ ਇੱਥੋਂ ਦੀ। ਇਹ ਮੈਂ ਕਹਿੰਦਾ ਸਾਰੇ ਪੰਜਾਬ 'ਚ ਸਿਲਸਿਲਾ ਹੀ ਇਹੀ ਚੱਲ ਰਿਹਾ, ਕਿਉਂਕਿ ਸੋਸ਼ਲ ਮੀਡੀਆ 'ਤੇ ਕਿਸੇ ਨੂੰ ਗਾਲਾਂ ਕੱਢਣ ਵਾਲੇ ਦੀ ਵੀਡੀਓ ਜ਼ਿਆਦਾ ਚੱਲਦੀ ਹੈ, ਕਿਉਂਕਿ ਅਗਲਾ ਕਹਿੰਦਾ ਆਹ ਵੇਖੋ ਤੈਨੂੰ ਦਿਖਾਵਾਂ ਗਾਲਾਂ ਕੱਢਣ। ਸੋ ਇਹ ਸਿਲਸਿਲਾ ਚੱਲ ਗਿਆ। ਸੋ ਸਾਨੂੰ ਸਾਰਿਆਂ ਨੂੰ ਇਸ ਸਿਲਸਿਲੇ 'ਤੇ ਗੌਰ ਫਰਮਾਉਣਾ ਚਾਹੀਦਾ ਔਰ ਸਾਨੂੰ ਇਹੋ ਜਿਹੀਆਂ ਚੀਜ਼ਾਂ ਤੋਂ ਗੁਰੇਜ਼ ਕਰਨਾ ਚਾਹੀਦਾ। ਜੋ ਅੱਜ ਅਪੋਲੋਜਾਈਜ਼ ਹੋਇਆ ਹੈਗਾ ਅਕਾਲੀ ਦਲ ਦੇ ਆਗੂ ਡਿਪਟੀ ਢਿੱਲੋਂ, ਕੀ ਮਾਮਲੇ ਸੀਗੇ ਔਰ ਕੀ ਹੈਗਾ ਜਿਹੜਾ ਲਿਖਿਆ? ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਜਿਹੜੀਆਂ ਦੋ ਕੰਪਲੇਂਟਸ ਸੀਗੀਆਂ ਇੱਥੇ ਫੌਜਦਾਰੀ ਦੀਆਂ ਹਰਦੀਪ ਸਿੰਘ ਢਿੱਲੋਂ ਦੇ ਖਿਲਾਫ਼ ਫਾਈਲ ਕੀਤੀਆਂ ਹੋਈਆਂ ਸੀ। ਪਿਛਲੇ ਕਰੀਬ 2-3 ਸਾਲ ਤੋਂ ਮਾਮਲੇ ਇਹ ਪੈਂਡਿੰਗ ਸੀਗੇ। ਦੋਨਾਂ ਧਿਰਾਂ ਦੀ ਸਹਿਮਤੀ ਨਾਲ, ਜੱਜ ਸਾਹਿਬ ਦੀ ਕੋਸ਼ਿਸ਼ ਦੇ ਨਾਲ ਇਹ ਜਿਹੜਾ ਹੈਗਾ ਅਤੇ ਵਕੀਲਾਂ ਦੀ ਕੋਸ਼ਿਸ਼ ਨਾਲ ਇਹ ਮਾਮਲਾ ਜਿਹੜਾ ਸੁਲਝ ਗਿਆ ਅਤੇ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਜਿਹੜੀ ਅਨਕੰਡੀਸ਼ਨਲ ਅਪੋਲੋਜੀ ਹੈ ਉਹ ਟੈਂਡਰ ਕਰ ਲਈ ਹੈ। ਅਤੇ ਇਸ ਕਰਕੇ ਜਿਹੜੀ ਹੈਗੀਆਂ ਕੰਪਲੇਂਟਸ, ਅੱਗੇ ਤੋਂ ਵੀ ਉਹਨਾਂ ਨੇ ਕਿਹਾ ਵੀ ਮੈਂ ਜਿਹੜਾ ਹੈਗਾ ਫਿਊਚਰ 'ਚ ਵੀ ਇਹ ਕੋਈ ਇਹੋ ਜਿਹਾ ਨਹੀਂ ਕਟਾਕਸ਼ ਕਰਾਂਗੇ, ਅਤੇ ਇਸ ਕਰਕੇ ਜਿਹੜਾ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੀਆਂ ਕੰਪਲੇਂਟਸ ਆ ਉਹ ਵਾਪਸ ਲੈਣੀਆਂ।